ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ। ਦੋਸਤੋ, ਵੀਡੀਓ ਵਿੱਚ ਨਾ ਤੁਸੀਂ ਇੱਕ ਲਾੜਾ ਅਤੇ ਲਾੜੀ ਨੂੰ ਵੇਖ ਸਕਦੇ ਹੋ। ਜਦੋਂ ਕੁੜੀ ਡੋਲੀ ਦੇ ਵਿੱਚ ਬੈਠਣ ਲੱਗਦੀ ਹੈ ਅਤੇ ਸੁਭਾਵਿਕ ਜੀ ਗੱਲ ਹੈ ਕਿ ਮਾਂ ਪਿਓ ਨੂੰ ਰੋਣਾ ਆ ਹੀ ਜਾਂਦਾ ਅਤੇ ਜਦੋਂ ਕੁੜੀ ਦਾ ਪਿਓ ਰੋਣ ਲੱਗਦਾ ਹੈ ਅਤੇ ਨਾਲ ਖੜਾ ਲਾੜਾ ਵੀ ਰੋਣ ਲੱਗ ਜਾਂਦਾ ਅਤੇ ਲਾੜਾ ਕੁੜੀ ਦੇ ਪਿਤਾ ਨੂੰ ਵੀ ਚੁੱਪ ਕਰਵਾਉਂਦਾ। ਦੋਸਤੋ, ਇਸ ਵੀਡੀਓ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਜਿਹੜਾ ਮੁੰਡਾ ਹੈ ਇਹ ਬਹੁਤ ਹੀ ਸਾਫ਼ ਦਿਲ ਦਾ ਮੁੰਡਾ ਹੈ ਅਤੇ ਇਸ ਦੇ ਮਾਤਾ ਪਿਤਾ ਨੇ ਇਹਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਨੇ। ਦੋਸਤੋ, ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੁਆਰਾ ਕੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਕਿ ਲੋਕਾਂ ਨੇ ਕੀ ਕਿਹਾ। ਇੱਕ ਕੁੜੀ ਕਮੈਂਟ ਕਰਦੀ ਹੈ, ਹਾਏ ਵੀਰ ਵੀ ਰੋ ਪਿਆ, ਇੱਦਾਂ ਦਾ ਹੋਬੀ ਸਭ ਨੂੰ ਮਿਲੇ। ਅਤੇ ਅਗਲਾ ਬੰਦਾ ਕਮੈਂਟ ਕਰਦਾ ਹੈ, ਜਿਨ੍ਹਾਂ ਨੇ ਭੈਣਾਂ ਨੂੰ ਡੋਲੀ ਵਿੱਚ ਬਿਠਾ ਕੇ ਤੋਰਿਆ ਹੁੰਦਾ ਹੈ, ਰੋਣਾ ਤਾਂ ਆ ਹੀ ਜਾਂਦਾ। ਅਗਲਾ ਕਹਿੰਦਾ, ਪਹਿਲੀ ਵਾਰ ਮੁੰਡਾ ਰੋਂਦਾ ਵੇਖਿਆ। ਅਤੇ ਅਗਲਾ ਬੰਦਾ ਕਮੈਂਟ ਕਰਦਾ ਹੈ ਕਿ ਜਿਨ੍ਹਾਂ ਦੇ ਘਰ ਧੀਆਂ ਭੈਣਾਂ ਹੋਣ ਉਹ ਇਹ ਦਰਦ ਨੂੰ ਸਮਝ ਸਕਦੇ ਨੇ। ਸੋ ਦੋਸਤੋ, ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ 'ਤੇ, ਉਦੋਂ ਤੱਕ ਰੱਬ ਰਾਖਾ।